ਆ ਵੇਖੋ ਕਿਵੇਂ ਬਿਜਲੀ ਘਰ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਤਾਂ ਮੌਕੇ ਤੇ ਟਰਾਂਸਫਾਰਮਰ ਧੂ ਧੂ ਕੇ ਸੜ ਜਾਂਦੇ ਨੇ। ਤਾਂ ਮਿਲੀ ਜਾਣਕਾਰੀ ਅਨੁਸਾਰ 25 ਕਿਲੋਮੀਟਰ ਤੱਕ ਦੇ ਘਰਾਂ ਦੀ ਬਿਜਲੀ ਬੰਦ ਹੋ ਗਈ ਹੈ। ਤਾਂ ਦੱਸ ਦਈਏ ਹਾਦਸਾ 220 ਕੇਵੀ ਸਬ ਸਟੇਸ਼ਨ ਦੇ ਵਿੱਚ ਹੋਇਆ ਹੈ, ਜਿੱਥੇ ਮੌਕੇ ਤੇ ਦਮਕਲ ਵਿਭਾਗ ਦੀਆਂ ਗੱਡੀਆਂ ਵੀ ਪਹੁੰਚਦੀਆਂ ਨੇ। ਤਾਂ ਉਹਨਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਪਹਿਲਾਂ ਤਸਵੀਰਾਂ ਵੇਖੋ ਕਿਸ ਤਰੀਕੇ ਦੇ ਨਾਲ ਟਰਾਂਸਫਾਰਮਰ ਦੇ ਵਿੱਚ ਇਹ ਅੱਗ ਲੱਗੀ ਹੈ। ਤਾਂ ਅਸਮਾਨ ਤੱਕ ਇਹ ਅੱਗ ਪਹੁੰਚ ਚੁੱਕੀ ਹੈ। ਤਾਂ ਬੜੀ ਭਿਆਨਕ ਅੱਗ ਲੱਗੀ ਹੈ। ਤਾਂ ਜਿਵੇਂ ਹੀ ਇਸ ਦੀ ਸੂਚਨਾ ਮਿਲਦੀ ਹੈ ਤਾਂ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਹੈ। ਤਾਂ ਮੌਕੇ ਤੇ ਉਹਨਾਂ ਦੀਆਂ 3 ਗੱਡੀਆਂ ਪਹੁੰਚਦੀਆਂ ਨੇ ਤੇ ਅੱਗ ਤੇ ਕਾਬੂ ਪਾਇਆ ਗਿਆ। ਤਾਂ 25 ਕਿਲੋਮੀਟਰ ਤੱਕ ਦੱਸਿਆ ਜਾ ਰਿਹਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਬੰਦ ਹੋ ਗਈ ਸੀ। ਤਾਂ ਕਾਫੀ ਪ੍ਰਭਾਵ ਹੈ ਜਿਹੜਾ ਲੋਕਾਂ ਨੂੰ ਪਿਆ, ਜਿੱਥੇ ਕਈ ਘੰਟਿਆਂ ਤੱਕ ਬਿਜਲੀ ਬੰਦ ਰਹਿੰਦੀ ਹੈ। ਤਾਂ ਭਿਆਨਕ ਅੱਗ ਲੱਗੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਮੋਗਾ ਦੇ ਨਜ਼ਦੀਕ ਇਹ ਵੱਡਾ ਹਾਦਸਾ ਹੋਇਆ, ਜਿੱਥੇ ਬਿਜਲੀ ਘਰ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਹੈ। ਆ ਵੇਖੋ ਕਿਵੇਂ ਬਿਜਲੀ ਘਰ ਦੇ ਵਿੱਚ ਭਿਆਨਕ ਅੱਗ ਲੱਗੀ ਹੈ। ਤਾਂ ਮੌਕੇ ਤੇ ਟਰਾਂਸਫਾਰਮਰ ਧੂ ਧੂ ਕੇ ਸੜ ਜਾਂਦੇ ਨੇ। ਤਾਂ ਮਿਲੀ ਜਾਣਕਾਰੀ ਅਨੁਸਾਰ 25 ਕਿਲੋਮੀਟਰ ਤੱਕ ਦੇ ਘਰਾਂ ਦੀ ਬਿਜਲੀ ਬੰਦ ਹੋ ਗਈ ਹੈ। ਤਾਂ ਦੱਸ ਦਈਏ ਹਾਦਸਾ 220 ਕੇਵੀ ਸਬ ਸਟੇਸ਼ਨ ਦੇ ਵਿੱਚ ਹੋਇਆ ਹੈ, ਜਿੱਥੇ ਮੌਕੇ ਤੇ ਦਮਕਲ ਵਿਭਾਗ ਦੀਆਂ ਗੱਡੀਆਂ ਵੀ ਪਹੁੰਚਦੀਆਂ ਨੇ। ਤਾਂ ਉਹਨਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਪਹਿਲਾਂ ਤਸਵੀਰਾਂ ਵੇਖੋ ਕਿਸ ਤਰੀਕੇ ਦੇ ਨਾਲ ਟਰਾਂਸਫਾਰਮਰ ਦੇ ਵਿੱਚ ਇਹ ਅੱਗ ਲੱਗੀ ਹੈ। ਤਾਂ ਅਸਮਾਨ ਤੱਕ ਇਹ ਅੱਗ ਪਹੁੰਚ ਚੁੱਕੀ ਹੈ। ਤਾਂ ਬੜੀ ਭਿਆਨਕ ਅੱਗ ਲੱਗੀ ਹੈ। ਤਾਂ ਜਿਵੇਂ ਹੀ ਇਸ ਦੀ ਸੂਚਨਾ ਮਿਲਦੀ ਹੈ ਤਾਂ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਹੈ। ਤਾਂ ਮੌਕੇ ਤੇ ਉਹਨਾਂ ਦੀਆਂ 3 ਗੱਡੀਆਂ ਪਹੁੰਚਦੀਆਂ ਨੇ ਤੇ ਅੱਗ ਤੇ ਕਾਬੂ ਪਾਇਆ ਗਿਆ। ਤਾਂ 25 ਕਿਲੋਮੀਟਰ ਤੱਕ ਦੱਸਿਆ ਜਾ ਰਿਹਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਬੰਦ ਹੋ ਗਈ ਸੀ। ਤਾਂ ਕਾਫੀ ਪ੍ਰਭਾਵ ਹੈ ਜਿਹੜਾ ਲੋਕਾਂ ਨੂੰ ਪਿਆ, ਜਿੱਥੇ ਕਈ ਘੰਟਿਆਂ ਤੱਕ ਬਿਜਲੀ ਬੰਦ ਰਹਿੰਦੀ ਹੈ। ਤਾਂ ਭਿਆਨਕ ਅੱਗ ਲੱਗੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਮੋਗਾ ਦੇ ਨਜ਼ਦੀਕ ਇਹ ਵੱਡਾ ਹਾਦਸਾ ਹੋਇਆ, ਜਿੱਥੇ ਬਿਜਲੀ ਘਰ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਹੈ। ਆ ਵੇਖੋ ਕਿਵੇਂ ਬਿਜਲੀ ਘਰ ਦੇ ਵਿੱਚ ਭਿਆਨਕ ਅੱਗ ਲੱਗੀ ਹੈ। ਤਾਂ ਮੌਕੇ ਤੇ ਟਰਾਂਸਫਾਰਮਰ ਧੂ ਧੂ ਕੇ ਸੜ ਜਾਂਦੇ ਨੇ। ਤਾਂ ਮਿਲੀ ਜਾਣਕਾਰੀ ਅਨੁਸਾਰ 25 ਕਿਲੋਮੀਟਰ ਤੱਕ ਦੇ ਘਰਾਂ ਦੀ ਬਿਜਲੀ ਬੰਦ ਹੋ ਗਈ ਹੈ। ਤਾਂ ਦੱਸ ਦਈਏ ਹਾਦਸਾ 220 ਕੇਵੀ ਸਬ ਸਟੇਸ਼ਨ ਦੇ ਵਿੱਚ ਹੋਇਆ ਹੈ, ਜਿੱਥੇ ਮੌਕੇ ਤੇ ਦਮਕਲ ਵਿਭਾਗ ਦੀਆਂ ਗੱਡੀਆਂ ਵੀ ਪਹੁੰਚਦੀਆਂ ਨੇ। ਤਾਂ ਉਹਨਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਪਹਿਲਾਂ ਤਸਵੀਰਾਂ ਵੇਖੋ ਕਿਸ ਤਰੀਕੇ ਦੇ ਨਾਲ ਟਰਾਂਸਫਾਰਮਰ ਦੇ ਵਿੱਚ ਇਹ ਅੱਗ ਲੱਗੀ ਹੈ। ਤਾਂ ਅਸਮਾਨ ਤੱਕ ਇਹ ਅੱਗ ਪਹੁੰਚ ਚੁੱਕੀ ਹੈ। ਤਾਂ ਬੜੀ ਭਿਆਨਕ ਅੱਗ ਲੱਗੀ ਹੈ। ਤਾਂ ਜਿਵੇਂ ਹੀ ਇਸ ਦੀ ਸੂਚਨਾ ਮਿਲਦੀ ਹੈ ਤਾਂ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਹੈ। ਤਾਂ ਮੌਕੇ ਤੇ ਉਹਨਾਂ ਦੀਆਂ 3 ਗੱਡੀਆਂ ਪਹੁੰਚਦੀਆਂ ਨੇ ਤੇ ਅੱਗ ਤੇ ਕਾਬੂ ਪਾਇਆ ਗਿਆ। ਤਾਂ 25 ਕਿਲੋਮੀਟਰ ਤੱਕ ਦੱਸਿਆ ਜਾ ਰਿਹਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਬੰਦ ਹੋ ਗਈ ਸੀ। ਤਾਂ ਕਾਫੀ ਪ੍ਰਭਾਵ ਹੈ ਜਿਹੜਾ ਲੋਕਾਂ ਨੂੰ ਪਿਆ, ਜਿੱਥੇ ਕਈ ਘੰਟਿਆਂ ਤੱਕ ਬਿਜਲੀ ਬੰਦ ਰਹਿੰਦੀ ਹੈ। ਤਾਂ ਭਿਆਨਕ ਅੱਗ ਲੱਗੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਮੋਗਾ ਦੇ ਨਜ਼ਦੀਕ ਇਹ ਵੱਡਾ ਹਾਦਸਾ ਹੋਇਆ, ਜਿੱਥੇ ਬਿਜਲੀ ਘਰ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਹੈ।